श्री वाहिगुरु जी का खालसा, श्री वाहिगुरु जी की फतेह। दुनिया विच ना जिसका कोई सानी, उस गुरु लाल सानी दी गल करिए। 26 साल जिसने भोरे विच तप किता, उस ब्रह्म ज्ञानी दी गल करिए। कित्ती गई जो चानी चौक विखे, उस पावन कुर्बानी दी गल करिए। सिखा दे नौवे गुरु श्री गुरु तेग बहादुर जी का जन्म 1 अप्रैल 1621 ईस्वी नूं अमृतसर विखे होया। इन्हां दा बचपन दा नाम त्यागमल सी, पर 14 साल दी उम्र विच ही करतारपुर विखे होई लड़ाई विच इन्हां ने चंगी तलवारबाजी दिखाई अते इन्हां दा नाम त्यागमल तो तेग बहादुर भाव तलवार चलाउण विच बहादुर रख्या गया। इन्हां दा व्याह लाल चंद दी सपुत्री माता गुजरी जी नाल होया। लंबे समय दे व्याहता जीवन तो बाद इन्हां दे घर 26 दिसंबर 1666 ईस्वी नूं बाल गोविंद राय जी ने जन्म लिया। उधर श्री गुरु हरकृष्ण जी ने अपने शिष्यां नूं आदेश दे दिता कि उन्हां दे उत्तराधिकारी बाबा बकाला विखे मिलणगे। उन्हां ने किसी खास व्यक्ति दा जिक्र ना किता अते ज्योति जोत समा गए। ਇਹ ਸੁਣ ਕੇ 22 ਛੋਟੀ ਜਾਤੀ ਦੇ ਲੋਕ ਆਪਣੇ ਆਪ ਨੂੰ ਗੁਰੂ ਮੰਨ ਕੇ ਗੁਰਗੱਦੀ ਦੇ ਮਾਲਕ ਬਣ ਬੈਠੇ। ਪਰ ਮੱਖਣ ਸ਼ਾਲੂ ਪਾਣਾ ਜੋ ਕਿ ਇੱਕ ਵਪਾਰੀ ਸੀ, ਉਸ ਦਾ ਜਹਾਜ਼ ਸਮੁੰਦਰੀ ਤੂਫਾਨ ਵਿੱਚ ਫਸ ਗਿਆ ਸੀ। ਉਸ ਨੇ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਜੇਕਰ ਉਸਦਾ ਜਹਾਜ਼ ਸਮੁੰਦਰੀ ਤੂਫਾਨ ਵਿੱਚੋਂ ਸਹੀ ਸਲਾਮਤ ਮਾਲ ਸਮੇਤ ਵਾਪਸ ਆ ਜਾਵੇ ਤਾਂ ਉਹ ਗੁਰੂ ਜੀ ਅੱਗੇ 500 ਸੋਨੇ ਦੀਆਂ ਮੋਹਰਾਂ ਭੇਟ ਕਰੇਗਾ। ਜਦੋਂ ਉਹ ਬਾਬਾ ਬਕਾਲਾ ਵਿਖੇ 500 ਸੋਨੇ ਦੀਆਂ ਮੋਹਰਾਂ ਭੇਟ ਕਰਨ ਆਇਆ ਅਤੇ ਬਾਕੀ 22 ਗੁਰੂਆਂ ਵਾਂਗ ਗੁਰੂ ਜੀ ਅੱਗੇ ਵੀ ਸਿਰਫ 2 ਮੋਹਰਾਂ ਰੱਖੀਆਂ ਤਾਂ ਗੁਰੂ ਜੀ ਬੋਲੇ, ਇਹ ਕੀ ਭਾਈ, ਜਹਾਜ਼ ਡੁੱਬਣ ਸਮੇਂ ਤਾਂ ਤੁਸੀਂ 500 ਮੋਹਰਾਂ ਦੇਣ ਦਾ ਵਚਨ ਕੀਤਾ ਸੀ ਤੇ ਹੁਣ ਸਿਰਫ 2 ਮੋਹਰਾਂ। ਮੱਖਣ ਸ਼ਾਲੂ ਪਾਣਾ ਨੂੰ ਕੁਛ ਨਾ ਸੁੱਝਿਆ। ਉਸ ਨੂੰ ਵਾਸਤਵਿਕ ਗੁਰੂ ਦੇ ਦਰਸ਼ਨ ਹੋ ਚੁੱਕੇ ਸਨ। ਉਸ ਨੇ ਉੱਚੀ ਉੱਚੀ ਰੋਲਾ ਪਾਉਣਾ ਸ਼ੁਰੂ ਕਰ ਦਿੱਤਾ, ਗੁਰੂ ਲਾਦੋਰੇ, ਗੁਰੂ ਲਾਦੋਰੇ, ਭਾਵ ਗੁਰੂ ਮਿਲ ਗਿਆ ਹੈ। ਸਮਾਂ ਬੀਤਣ ਦੇ ਨਾਲ ਕਿਰਪਾ ਰਾਮ ਜੀ ਦੀ ਅਗਵਾਈ ਹੇਠ 16 ਹੋਰ ਕਸ਼ਮੀਰੀ ਪੰਡਤ ਗੁਰੂ ਜੀ ਕੋਲ ਆਏ ਅਤੇ ਔਰੰਗਜ਼ੇਬ ਦੇ ਜ਼ੁਲਮਾਂ ਅਤੇ ਅਤਿਆਚਾਰਾਂ ਦੀ ਕਥਾ ਸੁਣਾਈ। ਇਹ ਸੁਣ ਕੇ ਗੁਰੂ ਜੀ ਬੋਲੇ, ਇਸ ਸਮੇਂ ਕਿਸੇ ਮਹਾਂਪੁਰਸ਼ ਦੀ ਕੁਰਬਾਨੀ ਦੀ ਲੋੜ ਹੈ। ਉਸ ਸਮੇਂ ਕੋਲ ਬੈਠੇ ਬਾਲ ਗੋਬਿੰਦ ਰਾਏ ਜੀ ਮੁਸਕਰਾਏ ਅਤੇ ਕਿਹਾ, ਪਿਤਾ ਜੀ, ਤੁਹਾਡੇ ਤੋਂ ਵੱਡਾ ਮਹਾਂਪੁਰਸ਼ ਹੋਰ ਕੌਣ ਹੋ ਸਕਦਾ ਹੈ। ਇਹ ਸੁਣ ਕੇ ਗੁਰੂ ਤੇਗ ਬਹਾਦਰ ਜੀ ਭਾਈ ਮਤੀਦਾਸ, ਭਾਈ ਸਤੀਦਾਸ ਅਤੇ ਭਾਈ ਦਿਆਲਾ ਜੀ ਨਾਲ ਦਿੱਲੀ ਵੱਲ ਕੁਰਬਾਨੀ ਦੇਣ ਚੱਲ ਪਏ। ਪਰ ਜਾਣ ਤੋਂ ਪਹਿਲਾਂ ਉਹਨਾਂ ਨੇ ਪੂਰੇ ਵਿਧੀ ਵਿਧਾਨ ਨਾਲ ਬਾਲ ਗੋਬਿੰਦ ਰਾਏ ਨੂੰ ਸ਼੍ਰੀ ਗੁਰੂ ਗੋਬਿੰਦ ਰਾਏ ਬਣਾਇਆ। ਉਹਨਾਂ ਦਾ ਸਿਰ 11 ਨਵੰਬਰ 1675 ਈਸਵੀ ਨੂੰ ਦਿੱਲੀ ਚੰਦਨੀ ਚੌਕ ਵਿਖੇ ਧੜ ਤੋਂ ਅਲੱਗ ਕਰ ਦਿੱਤਾ ਗਿਆ। ਇਹ ਸਮਾਂ ਸਿੱਖ ਕੌਮ ਲਈ ਮਾਤਮ ਦਾ ਸਮਾਂ ਸੀ, ਪਰ ਸਿੱਖ ਕੌਮ ਨਿਡਰ ਸੀ, ਉਹ ਕਿਸੇ ਤੋਂ ਨਹੀਂ ਡਰਦਾ ਸੀ। ਉਹਨਾਂ ਨੇ ਸੋਚਿਆ, ਗੁਰੂ ਜੀ ਨੇ ਤਾਂ ਔਰੰਗਜ਼ੇਬ ਦੇ ਜ਼ੁਲਮਾਂ ਅਤੇ ਅਤਿਆਚਾਰਾਂ ਦੇ ਖਿਲਾਫ ਤਲਵਾਰ ਚੁੱਕੀ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਿਚਿੱਤਰ ਨਾਟਕ ਵਿੱਚ ਲਿਖਦੇ ਹਨ, ਤੇਗ ਬਹਾਦਰ ਕੇ ਚਲਤ ਪਯੋ ਜਗਤ ਕੋ ਸੋਕ, ਹੈ 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 ਸਭ ਜਗ ਪਯੋ, ਜੈ 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 ਸਰਲੋਕ। ਸਿੱਖ ਕੌਮ ਅਟਲ ਸੀ, ਅਟਲ ਹੈ ਅਤੇ ਹਮੇਸ਼ਾ ਅਟਲ ਰਹੇਗੀ। ਗੁਰੂ ਜੀ ਨੇ ਸਿੱਖ ਪੰਥ ਦੀ ਸਿਰਜਣਾ ਦਾ ਹੁਕਮ ਦੇ ਕੇ ਸਿੰਘ ਪੰਥ ਦੀ ਸਿਰਜਣਾ ਦਾ ਰਾਹ ਪੱਧਰਾ ਕਰ ਦਿੱਤਾ। ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।